ਜੇ ਤੁਸੀਂ ਹੁਣ ਸਨਰੂਫ ਗੱਡੀ ਦੇ ਵਿੱਚੋਂ ਬਾਹਰ ਖੜ ਕੇ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਹੋ ਜਾਓ ਸਾਵਧਾਨ। ਪੁਲਿਸ ਤੁਹਾਡਾ ਚਲਾਨ ਦੇ ਨਾਲ ਨਾਲ ਪਰਚਾ ਵੀ ਦਰਜ ਕਰ ਸਕਦੀ ਹੈ। ਮੋਹਾਲੀ ਦੇ DSP ਮਹੇਸ਼ ਸੈਣੀ ਵੱਲੋਂ ਸਾਰੇ ਹੀ ਟ੍ਰੈਫਿਕ ਮੁਲਾਜ਼ਮਾਂ ਨੂੰ ਹਦਾਇਤਾਂ ਦੇ ਦਿੱਤੀਆਂ ਹਨ। ਕੋਈ ਵੀ ਸ਼ਖਸ ਸਨਰੂਫ ਗੱਡੀ ਦੇ ਵਿੱਚੋਂ ਕਿਸੇ ਨੂੰ ਬਾਹਰ ਖੜਾ ਹੋ ਕੇ ਗੱਡੀ ਡਰਾਈਵ ਨਹੀਂ ਕਰ ਸਕਦਾ। ਅਕਸਰ ਹੀ ਸੜਕਾਂ ਉੱਤੇ ਦੇਖਿਆ ਜਾਂਦਾ ਹੈ ਕਿ ਗੱਡੀ ਚਾਲਕ ਆਪਣੇ ਛੋਟੇ ਬੱਚਿਆਂ ਨੂੰ ਸਨਰੂਫ ਗੱਡੀ ਦੇ ਵਿੱਚੋਂ ਬਾਹਰ ਖੜੇ ਹੋ ਕੇ ਨਜ਼ਾਰੇ ਲੈਂਦੇ ਹਨ, ਪਰ ਹੁਣ ਪੁਲਿਸ ਤੁਹਾਡਾ ਚਲਾਨ ਕੱਟ ਸਕਦੀ ਹੈ। ਪਿਛਲੇ ਸਾਲ ਇੱਕ ਪੰਜਾਬੀ ਸਿੰਗਰ ਨੇ ਵੀ ਏਅਰਪੋਰਟ ਰੋਡ ਤੇ ਸਨਰੂਫ ਗੱਡੀ ਦੇ ਵਿੱਚ ਖੜਾ ਹੋ ਕੇ ਰੀਲ ਬਣਾਈ ਸੀ, ਜਿਸ ਤੇ ਪੁਲਿਸ ਨੇ ਸਖ਼ਤ ਐਕਸ਼ਨ ਲੈਂਦਿਆਂ ਹੋਇਆ ਉਸ ਦਾ ਚਲਾਨ ਕੱਟਿਆ ਸੀ ਤੇ ਉਸ ਤੋਂ ਮਾਫ਼ੀਨਾਮਾ ਵੀ ਮੰਗਵਾਇਆ ਸੀ ਕਿ ਅੱਗੇ ਤੋਂ ਇਹੋ ਜਿਹੀ ਹਰਕਤ ਨਹੀਂ ਕਰਦਾ। ਜਿਹੜਾ ਇਹ ਕਿਸੇ ਵੀ ਗੱਡੀ ਦੀ ਸਨਰੂਫ ਖੋਲ੍ਹ ਕੇ ਉਹਦੇ ਉੱਪਰ ਖੜ੍ਹੇ ਹੋ ਕੇ ਜਾਂ ਗੱਡੀ ਦੇ ਵਿੱਚ ਉੱਪਰ ਬੈਠ ਕੇ ਛੱਤ 'ਤੇ ਜਾਂ ਸਾਈਡ 'ਤੇ ਲਟਕ ਕੇ ਜੇ ਕੋਈ ਬੰਦਾ ਗੱਡੀ ਦੇ ਉੱਪਰ ਬੈਠਾ ਜਾਂ ਚਲਾ ਰਿਹਾ ਹੈ ਤਾਂ ਉਹਦੇ ਅਗੇਂਸਟ ਮੋਟਰ ਵਹੀਕਲ ਐਕਟ ਦੇ ਅਨੁਸਾਰ ਕਾਰਵਾਈ ਕਰਨੀ ਬਣਦੀ ਆ। ਔਰ ਸਾਡੇ ਕੋਲ ਜਿਹੜੀਆਂ ਵੀ ਕੋਈ ਇਹੋ ਜਿਹੀਆਂ ਕੰਪਲੇਂਟਸ ਆਈ ਹੈ ਜਾਂ ਆ ਰਹੀਆਂ, ਅਸੀਂ ਉਹਦੇ ਅਗੇਂਸਟ ਕਾਰਵਾਈ ਕਰ ਰਹੇ ਹਾਂ ਮੋਟਰ ਵਹੀਕਲ ਐਕਟ ਦੇ ਅਨੁਸਾਰ। ਨਹੀਂ, ਉਹ ਇੰਸਟਾਲ ਤਾਂ ਸਰਕਾਰ ਦੇ ਜਿਹੜੇ ਲਾਅਜ਼ ਆ ਉਹਨਾਂ ਦੇ ਅਕੋਰਡਿੰਗ ਜਾਂ ਰੂਲਸ ਦੇ ਅਕੋਰਡਿੰਗ ਹੀ ਹੋ ਰਹੇ ਆ, ਪਰ ਉਹਨੂੰ ਮਿਸਯੂਜ਼ ਕਰਨਾ ਗਲਤ ਹੈ ਨਾ। ਜੇ ਕੋਈ ਬੰਦਾ ਉਹਨੂੰ ਮਿਸਯੂਜ਼ ਕਰ ਰਿਹਾ, ਉਹਨੂੰ ਗਲਤ ਤਰੀਕੇ ਨਾਲ ਯੂਜ਼ ਕਰ ਰਿਹਾ, ਉੱਪਰ ਉਹਦੇ 'ਚੋਂ ਨਿਕਲ ਕੇ ਬਾਹਰ ਉੱਪਰ ਛੱਤ ਦੇ ਉੱਪਰ ਗਲਤ ਕੁਛ ਹਰਕਤ ਕਰ ਰਿਹਾ ਹੈ ਜਿਹੜੇ ਕਿ ਉਹਦੀ ਲਾਈਫ ਵਾਸਤੇ ਜਾਂ ਜਿਹੜਾ ਕੋਈ ਹੋਰ ਰੋਡ ਦੇ ਉੱਪਰ ਬੰਦਾ ਜਾ ਰਿਹਾ ਉਹਦੀ ਲਾਈਫ ਵਾਸਤੇ ਨੁਕਸਾਨਦਾਇਕ ਹੈ, ਤਾਂ ਉਹਦੇ 'ਤੇ ਐਕਸ਼ਨ ਕਰਨਾ ਬਣਦਾ ਹੈ ਔਰ ਅਸੀਂ ਉਹ ਐਕਸ਼ਨ ਕਰ ਰਹੇ ਹਾਂ। ਪਰ ਇੱਕ ਦੇਖਿਆ ਜਾਏ ਕਿ ਜਿਹੜੇ ਚਲਾਨ ਔਨਲਾਈਨ ਚਲਾਨ ਸਿਸਟਮ ਸ਼ੁਰੂ ਕੀਤਾ ਗਿਆ, ਫੋਟੋ ਖਿੱਚ ਕੇ ਆਪਣੇ ਚਲਾਨ 'ਤੇ ਭੇਜਦੇ ਨੇ ਚਲਾਨ ਦੇ ਨਾਲ, ਅਤੇ ਲਗਾਤਾਰ ਉਹ ਦੇਖਿਆ ਜਾ ਰਿਹਾ ਕਿ ਕਈ ਵਾਰ ਜਿਹੜਾ ਵਾਹੀਕਲ ਹੁੰਦਾ ਆਪਾਂ ਗੱਡੀ ਦਾ ਚਲਾਨ ਕੱਟਦੇ ਨੇ, ਮੋਟਰਸਾਈਕਲ ਦੇ ਨੰਬਰ ਪਲੇਟ ਲੱਗੀ ਹੁੰਦੀ ਹੈ, ਜਾਂ ਇਹਨੂੰ ਆਪਾਂ ਕਿਸ ਤਰ੍ਹਾਂ ਆਈਡੈਂਟੀਫਾਈ ਕਰਦੇ ਹਾਂ? ਉਹਦੇ ਵਿੱਚ ਸਾਡੇ ਕੋਲ ਜਿਵੇਂ ਵੀ ਅਸੀਂ ਸਾਡੇ ਜਿਹੜੇ ਟ੍ਰੈਫਿਕ ਪਰਸਨਲ ਆ ਉਹ ਜਦੋਂ ਵਹੀਕਲ ਨੂੰ ਰੋਕ ਕੇ ਚੈੱਕ ਕਰਦੇ ਆ, ਅਤੇ ਅਗਰ ਕੋਈ ਇੱਦਾਂ ਦੀ ਚੀਜ਼ ਸਾਹਮਣੇ ਆਉਂਦੀ ਹੈ ਕਿ ਉਹਦੀ ਗੱਡੀ 'ਤੇ ਕੋਈ ਨੰਬਰ ਹੋਰ ਲੱਗਿਆ, ਅਤੇ ਜਿਵੇਂ ਸਾਡੇ ਕੋਲ ਜਿਹੜੀਆਂ ਨਵੀਆਂ ਮਸ਼ੀਨਾਂ ਆਈਆਂ ਉਹਦੇ ਵਿੱਚ ਉਹ ਨੰਬਰ ਵਗੈਰਾ ਜਦੋਂ ਆਪਾਂ ਪਾਉਂਦੇ ਹਾਂ ਤਾਂ ਉਹ ਕਲੀਅਰ ਹੋ ਜਾਂਦਾ ਕਿ ਇਹ ਡਿਟੇਲ ਆ ਜਾਂਦੀ ਸਾਰੀ ਸਾਹਮਣੇ ਕਿ ਨੰਬਰ ਕਿਹਨੂੰ ਕਿਸ ਗੱਡੀ ਦਾ ਆ, ਉਹਦਾ ਮਾਲਕ ਕੌਣ ਹੈ ਵਗੈਰਾ ਵਗੈਰਾ। ਅਤੇ ਉਹਦਾ ਜੇ ਤਾਂ ਕੋਈ ਮੌਕੇ 'ਤੇ ਬੰਦਾ ਖੜ੍ਹਾ ਆ, ਉਹਨੇ ਗਲਤ ਨੰਬਰ ਲਗਾਇਆ, ਉਹ ਸਾਹਮਣੇ ਆ ਜਾਂਦਾ, ਉਹਦੇ ਅਗੇਂਸਟ ਜੋ ਵੀ ਸਾਡਾ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਂਦੀ ਹੈ, ਮੋਟਰ ਵਹੀਕਲ ਐਕਟ ਦੀ ਕਾਰਵਾਈ ਤਾਂ ਕੀਤੀ ਜਾਂਦੀ ਹੈ, ਉਸ ਤੋਂ ਇਲਾਵਾ ਕਾਨੂੰਨ ਮੁਤਾਬਕ ਜਿਹੜਾ IPC ਜਿਹੜੀ ਪਹਿਲਾਂ ਸੀਗੀ ਹੁਣ ਭਾਰਤੀ ਨਿਆਇ ਸੰਹਿਤਾ ਆ ਗਈ ਹੈ ਉਹਦੇ ਅਕੋਰਡਿੰਗ ਜਿਹੜੀ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਂਦੀ ਹੈ। ਪਰ ਸਮਟਾਈਮ ਕੀ ਹੁੰਦਾ ਹੈ ਕਿ ਕੋਈ ਬੰਦਾ ਜਿਹਨੂੰ ਪੁਲਿਸ ਵੱਲੋਂ ਹੱਥ ਦੇ ਕੇ ਰੋਕਿਆ ਜਾਂਦਾ ਚੈੱਕ ਕਰਨ ਵਾਸਤੇ, ਬੰਦਾ ਗੱਡੀ ਭਜਾ ਲੈਂਦਾ, ਅਸੀਂ ਉਹਦੀ ਫੋਟੋ ਖਿੱਚ ਲੈਂਦੇ ਹਾਂ ਗੱਡੀ ਦੀ, ਉਹਦਾ ਨੰਬਰ ਆ ਜਾਂਦਾ, ਉਹਦੇ ਨੰਬਰ ਦੇ ਅਕੋਰਡਿੰਗ ਅਸੀਂ ਜੋ ਵੀ ਉਹਨੇ ਟ੍ਰੈਫਿਕ ਦੀ ਮੋਟਰ ਵਹੀਕਲ ਐਕਟ ਦੀ ਵਾਇਲੇਸ਼ਨ ਕੀਤੀ ਆ ਉਹਦਾ ਚਲਾਨ ਉਹਦਾ ਕੱਟਿਆ ਜਾਂਦਾ। ਪਰ ਕਈ ਵਾਰੀ ਹੁੰਦਾ ਹੈ ਕਿ ਕੁਛ ਸਾਡੇ ਕੋਲ ਇੱਦਾਂ ਦੇ ਕੇਸ ਵੀ ਆਇਆ ਕਿ ਨੰਬਰ ਕਿਸੇ ਹੋਰ ਵਹੀਕਲ ਦਾ ਲੱਗਿਆ ਹੈ ਅਤੇ ਬੰਦਾ ਕਿਸੇ ਹੋਰ ਵਹੀਕਲ 'ਤੇ ਜਾ ਰਿਹਾ ਹੈ, ਤਾਂ ਐਸੇ ਕੇਸ ਦੇ ਵਿੱਚ ਜਿਹੜਾ ਬੰਦੇ ਨੇ ਵਹੀਕਲ ਦਾ ਨੰਬਰ ਲਗਾਇਆ ਜਿਹੜਾ ਕਿ ਉਹ ਯੂਜ਼ ਨਹੀਂ ਕਰ ਰਿਹਾ, ਉਹਦੇ ਅਗੇਂਸਟ ਫਿਰ ਉਹ ਕਾਰਵਾਈ ਕੀਤੀ ਜਾਂਦੀ ਹੈ ਜੋ ਉਹਨੇ ਗਲਤ ਨੰਬਰ ਪਲੇਟ ਲਗਾਈ ਹੈ। ਸੋ ਉਹ ਸਾਰਾ ਕੁਛ ਜਦੋਂ ਅਸੀਂ ਫੋਟੋ ਖਿੱਚਦੇ ਹਾਂ ਉਹ ਸਾਰਾ ਕੁਛ ਰਿਕਾਰਡ ਸਾਹਮਣੇ ਆ ਜਾਂਦਾ, ਜਿੱਥੋਂ ਪਤਾ ਲੱਗ ਜਾਂਦਾ ਕਿ ਅਗਰ ਕੋਈ ਕਾਰ ਵਾਲਾ ਜਾ ਰਿਹਾ ਹੈ ਤਾਂ ਅਗਰ ਉਹਨੇ ਨੰਬਰ ਕੋਈ ਹੋਰ ਕਿਸੇ ਕਾਰ ਦਾ ਲਗਾਇਆ ਜਾਂ ਕਿਸੇ ਹੋਰ ਟੂ ਵੀਲਰ ਦਾ ਲਗਾਇਆ ਤਾਂ ਉਹ ਸਾਹਮਣੇ ਸਾਡੇ ਕੋਲ ਔਨ ਰਿਕਾਰਡ ਆ ਜਾਂਦਾ, ਫਿਰ ਉਹਦੇ ਖਿਲਾਫ ਅਸੀਂ
ਮੁਕੱਦਮੇ ਦਰਜ ਕਰਨ ਦੀ ਵੀ ਕਾਰਵਾਈ ਸਟਾਰਟ ਕੀਤੀ ਆ। ਕੁਛ ਕੇਸ ਜਿਹੜੇ ਸਾਡੇ ਕੋਲ ਆਏ ਆ ਉਹਨਾਂ ਵਿੱਚ ਮੈਂ ਵੀ ਆਪਣੇ ਵੱਲੋਂ ਆਫਟਰ ਇਨਕੁਆਇਰੀ ਐਫ ਆਈ ਆਰ ਦਰਜ ਕਰਨ ਦੀ ਰਿਕਮੈਂਡੇਸ਼ਨ ਕਰਕੇ ਸੀਨੀਅਰ ਅਫਸਰ ਨੂੰ ਐਸ ਆਈ ਪੀ ਸਾਹਿਬ ਨੂੰ ਭੇਜੀ ਹੈ। ਦੇਖੋ, ਅਗਰ ਉਹ ਜ਼ਿਆਦਾ ਵਾਇਓਲੇਸ਼ਨ ਕਰਦੇ ਆ ਤਾਂ ਫਿਰ ਐਫ ਆਈ ਆਰ ਦੀ ਪ੍ਰੋਵੀਜ਼ਨ ਵੀ ਹੈਗੀ ਆ। ਜੇ ਉਹ ਮੋਟਰ ਦੀ ਕਲੈਕਟ ਦੀ ਹੀ ਵਾਇਓਲੇਸ਼ਨ ਕਰਦੇ ਆ ਤਾਂ ਫਿਰ ਉਹਦਾ ਚਲਾਨ ਕੀਤਾ ਜਾਂਦਾ। अब उपलब्ध है 1100 प्लस डिजिटल केबल नेटवर्क पर एन एंड्रॉइड बेस्ड डीटीएच स्मार्ट सेटअप बॉक्स सभी ओटीटी प्लेटफॉर्म 24 घंटे लाइव देखें हमारे सोशल मीडिया पेजेस पर।